ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਆਏ ਹਾਂ ਕੇ ਸਟਾਈ ਸਟੋਰ ਦੇ, ਕਿਆ ਵੇਖ ਰਹੇ ਹਾਂ ਕੇ ਕੀ ਇਸ ਕਾਇਟ ਤਿਆਰ ਮਿਲ ਜਾਏਗੀ ਤੇ ਕੀ ਪ੍ਰਾਈਸ ਹੋਏਗਾ ਉਹਦਾ। ਮਿਲਦੇ ਹਾਂ ਭਾਈ ਇਹਨਾਂ ਨੇ ਪੁੱਛਦੇ ਹਾਂ ਕੇ ਗੁੱਡੀ ਤਿਆਰ ਕਰ ਰਹੇ ਇਸ ਟਾਈਮ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਵੀਰ ਜੀ, ਕਿਆ ਨੇ ਭਾਈ? ਠੀਕ ਠਾਕ, ਬਿਲਕੁਲ ਵਧੀਆ ਜੀ। ਭਾਈ ਕਿਹੜੀ ਗੁੱਡੀ ਤਿਆਰ ਕਰ ਰਹੇ ਇਸ ਟਾਈਮ? ਇਸ ਵੇਲੇ ਭਾਈ ਸਟੋਕ ਕਰ ਰਹੇ ਜੀ ਜਨਾਬ, ਮਾਲ ਆਪਣਾ ਬਣ ਬਣਵਾ ਰਹੇ ਹਾਂ। ਆਪਣੇ ਪਤੰਗ ਹੋਈ ਫੁੱਲ, ਬੜਾ ਫੁੱਲ ਮਾਲ ਇਸ ਵੇਲੇ ਤਿਆਰ ਹੋ ਰਿਹਾ। ਆਹ ਦੇਖੋ, ਸਾਰੀ ਗੁੱਡੀ ਆਪਣੀ ਤਿਆਰ ਹੋ ਰਹੀ ਭਾਈ? ਆਪਣੀ ਆਪਣੀ ਭਾਈ, ਆ ਮੱਛੀ ਹੈਗੀ ਹੈ ਇੱਕ ਤਾਵਾ, ਠੀਕ ਹੈ ਜੀ। ਬਾਕੀ ਭਾਈ ਸਾਰਾ ਆਪਣਾ ਹੋਲਸੇਲ ਦਾ ਕੰਮ ਹੈ, ਰਿਟੇਲ ਦਾ ਦੋਨੋਂ ਭਾਜੀ, ਹੋਲਸੇਲ ਵੀ ਤੇ ਪ੍ਰਚੂਨ ਵੀ। ਇਹ ਹੈਗੀ ਹੈ ਪੌਣਾ ਵਧੀਆ ਗੁੱਡੀ, ਰਾਮਪੁਰ ਟੀਲਾ ਲੱਗਾ ਨੀ। ਤੇ ਭਾਈ ਕਿੰਨੇ ਸਟਾਰਟ ਕੀਤੀ ਗੁੱਡੀ ਐਲ ਕੀ? ਇਹ ਭਾਜੀ ਜਿਹੜੀ ਇਹ ਵਾ ਨਾ, ਇਹਦਾ ਰੇਟ ਇਸ ਵੇਲੇ ਹੈਗਾ 850 ਰੁਪਇਆ ਸੌ। 850 ਰੁਪਏ ਸੈਂਕੜਾ? ਹਾਂ ਸੈਂਕੜਾ, ਠੀਕ ਹੈ ਜੀ। ਤੇ ਆਹ ਜਿਹੜੀ ਗੁੱਡੀ ਹੈ, ਠੀਕ ਹੈ ਜੀ, ਇਹ ਕੋਈ 12 ਰੁਪਏ ਦੇ ਰਿਹਾ ਸੈਂਕੜਾ, ਕੋਈ ਕੁਛ ਵੀ ਦੇ ਰਿਹਾ, ਲੇਕਿਨ ਅਸੀਂ 1000 ਰੁਪਇਆ ਸੈਂਕੜਾ ਦੇ ਰਹੇ। 1000 ਰੁਪਇਆ ਸੈਂਕੜਾ ਦੇ ਰਹੇ? ਹਾਂਜੀ। ਤੇ ਜੇ ਸਾਡੇ ਕੋਈ ਪੂਰਾ ਰਿਮ ਲੈ ਲਵੇ ਤੇ ਅਸੀਂ ਉਹਨੂੰ 4500 ਚ ਦੇ ਰਹੇ। ਗੁੱਡੀ ਨੰਬਰ 1 ਗੁੱਡੀ, ਉਡਾਨ ਵੀ ਵਧੀਆ, ਦੇਖ ਲਓ ਤੁਹਾਡੇ ਸਾਹਮਣੇ ਵਧੀਆ। ਇਹ ਹੈਗੀ ਜੀ ਜੈਪੁਰ ਦੀ ਗੁੱਡੀ, ਜੈਪੁਰ ਦੀ। ਹਾਂ, ਐਤੀ ਜੈਪੁਰੋਂ ਮਾਲ ਮੰਗਾਇਆ ਮੈਂ, ਇਹਨੂੰ ਕਹਿੰਦੇ ਮਝੋਲੀ। ਇਹ ਮੱਛੀ ਹੈਗੀ। ਹਾਂਜੀ, ਜਿਹੜੇ ਸਾਡੇ ਕੋਲ ਖੜਦੇ ਉਹ 10 ਰੁਪਏ ਦੀ ਗੁੱਡੀ ਵੇਚਦੇ ਨੇ ਇਹ ਭਾਈ। ਇਹ ਅੱਜ ਕੱਲ ਦੇ ਰੇਟ ਹੈਗੇ ਆ, ਸਦਾ ਬਹਾਰ ਦੇ ਨੀ ਰੇਟ ਹੈਗੇ ਜੀ, ਪੱਕੇ। ਹਾਂਜੀ ਹਾਂਜੀ ਹਾਂਜੀ। ਹੈਗੀ ਅੱਧੀ, ਇਹਨੂੰ ਕਹਿੰਦੇ 40 ਵਾਲੀ। ਇਹ ਭਾਈ 3200 ਰੁਪਏ ਦਾ ਰਿਮ ਜੇ, 3200 ਰੁਪਏ। ਦੁਕਾਨ ਤੇ ਵਿਜਿਟ ਕਰਨਾ, ਐਡਰੈਸ ਕੀ ਆ ਜੀ ਆਪਣਾ? ਐਡਰੈਸ ਭਾਈ ਲੋਰੀ ਗੇਟ ਬਾਰ ਬਲਾਰੀਆ ਪੈਟਰੋਲ ਪੰਪ ਨਜ਼ਦੀਕ ਸਰਾ ਸੰਤਰਾਮ। ਫੋਨ ਨੰਬਰ ਕੀ ਆਉ ਭਾਈ ਆਪਣਾ? ਮੇਰਾ ਨਾਮ ਸ਼ੁਭ ਦਾ ਮੁਕੇਸ਼ ਕੁਮਾਰ, ਠੀਕ ਹੈ ਜੀ। ਮੋਬਾਈਲ ਨੰਬਰ 9988444444। ਜਦੋਂ ਮਰੋ ਜਿਹੜੀ ਗੁੱਡੀ ਤਿਆਰ ਮਿਲ ਜੂਗੀ ਆਪਣੇ ਕੋਲ, ਇਹ ਪੌਣਾ ਹੈਗੀ, ਇਹ ਪੌਣਾ ਪੂਛ ਵਾਲੀ ਹੈਗੀ, 2400 ਰੁਪਏ ਦਾ ਰਿੰਮ। 2400 ਦਾ ਰਿੰਮ ਆਏਗਾ? 2400 ਦਾ ਰਿੰਮ ਜੀ, ਠੀਕ ਹੈ ਜੀ। ਇੱਕ ਹੈਗੀ ਨਖਲਊ ਕਾਰਡ ਲੱਗੀ ਹੋਈ ਉੱਪਰ, ਇੱਕ ਹੈਗੀ ਵਧੀਆ ਗੁੱਡੀ ਬੱਚਿਆਂ ਦੀ ਆਈਟਮ ਇਹ ਵਾਲੀ, ਇਹ ਲਾਈ ਹੋਈ 1800 ਰੁਪਏ ਦਾ ਅਸਲੇ ਰਿੰਮ। 1800 ਦਾ ਰਿੰਮ? ਹਾਂ, 980 ਗੁੱਡੀਆਂ, 980 ਗੁੱਡੀ ਆਣਗੀਆਂ। ਹਾਂ, ਇੱਕ ਇੱਕ ਗੁੱਡੀ ਦੁਕਾਨਦਾਰ ਸਾਡੇ ਕੋਲ ਛਾਣ ਸਕਦਾ, ਇਹ ਚ ਕੋਈ ਨਾ ਕਮਾਣ ਮਾੜੀ ਲੱਗਣੀ ਨਾ ਗਾਜ ਮਾੜਾ ਲੱਗਣੀ। ਇਹ ਬੱਚਿਆਂ ਦੀ ਆਈਟਮ ਹੈਗੀ ਹੈ ਕਿ ਉਹਦਾ ਬਗਰ ਜਿਹੜੇ ਲੋਕੀ ਗੁੱਡੀ ਭਾਈ ਆ ਵੀ ਤਿਆਰ ਕਰਦੇ ਹੋ ਭਾਈ? ਕੁਛ ਆਪ ਤਿਆਰ ਕਰਨੀ ਹੁੰਦੀ, ਕੋਈ ਬਾਹਰੋਂ ਕਰਾਉਣੀ ਪੈਂਦੀ, ਬਗੈਰ ਝੂੜ ਮਾਰਨਾ ਸਾਰਾ ਨਹੀਂ, ਦੁਕਾਨਦਾਰ ਤਿਆਰ ਕਰਦਾ। ਜੇ ਭਾਈ ਕਹਿੰਦੇ ਤੀਲਾ ਲੈਣਾ ਹੋਏ ਜਾਂ ਤੀਲਾ ਵਾਧੂ ਜਨਾਬ, ਸਭ ਮਿਲੇਗਾ ਨੂੰ, ਸਭ ਮਿਲੇਗਾ। ਆ ਤੀਲਾ ਲੱਗਾ ਇੱਕ ਤਾਵੇ ਦਾ, ਆ ਦੇਖੋ ਤੀਲਾ ਹੀ ਮੰਗਾਉਂਦੇ ਵਧੀਆ। ਸਾਡੇ ਕੋਲ 100 ਰੁਪਇਆ ਤੀਲਾ, ਜਿਹੜਾ ਰੇਟ ਦਾ ਫਰਕ ਹੈਗਾ ਬਾਜ਼ਾਰ ਨਾਲ। ਅਸੀਂ ਸਾਡੇ ਕੋਲ ਵਿਕੇ ਨਾ ਵਿਕੇ, ਸਾਡਾ ਆਪਣੀ ਹੈਗੀ ਕੁਆਂਟਿਟੀ ਬਹੁਤ ਜ਼ਿਆਦਾ ਬਣਾਉਣ ਦੀ। ਇੱਕ ਸਾਰਾ ਹੋਲਸੇਲ ਦਾ ਕੰਮ ਹੈ ਭਾਈ, ਇੱਕ ਦਾ ਪੌਣਾ, ਠੀਕ ਹੈ ਜੀ। ਇਹ ਆਮ ਆਮ ਬਣੀ ਜੀ ਭਾਈ, ਇਹ ਕਿਹੜੀ ਗੁੱਡੀ ਦਿਖਾਉਣ ਲੱਗੇ ਹੋ ਭਾਈ? ਇਹ ਕਹਿ ਪੌਣਾ ਹੈਗਾ ਜੀ, ਠੀਕ ਹੈ ਜੀ।
ਕਹਿੰਦਾ ਮਤਲਬ ਆਮ ਤਿਆਰ ਹੋਈ ਹੈ, ਲਾਈ ਹੈਗਾ 2700 ਰੁਪਏ ਦਾ ਰਿਮ ਹੈ ਸਰ, 2700 ਦਾ ਰਿਮ, ਹਾਂ 480 ਗੁੜੀਆਂ, 480 ਗੁੜੀਆਂ ਜੀ, ਹਾਂਜੀ ਇਹਦੀ ਜ਼ਿਆਦਾ ਲਾਗਤ ਹੈ, ਠੀਕ ਹੈ ਜੀ, ਬਾਕੀ ਆ ਕੋਈ ਲੱਗੀ ਹੋਈ ਆ ਮੱਛੀ ਆ ਸਾਰੀ ਆਡਾ, ਬਾਕੀ ਆ ਕੋਈ ਮਾਲ ਬੱਜੇ ਸਾਰੇ, ਹਾਂਜੀ ਹਾਂਜੀ, ਉੱਪਰ ਦੇਖ ਸਕਦੇ ਉੱਪਰ ਸਾਰਾ ਤੁੰਨ ਬਾਈ ਤੁੰਨ ਹੈ, ਸਹੀ ਗੱਲ ਹੈ, ਹਾਂਜੀ ਇਹ ਪਤੰਗ ਹੈਗੀ ਹੈ ਤਾਂ ਦੀ, ਪਤੰਗਾਂ ਜਿਹਨੇ ਸਟਾਰਟ ਕੀਤੀਆਂ ਪ੍ਰਾਈਸ ਪਈ ਆ ਦੱਸੋ ਭਾਈ, ਆ 30 ਰੁਪਏ ਦੀ ਗਈ ਹੈ, 30 ਰੁਪਏ ਪਤੰਗ, ਹਾਂਜੀ ਮਿਲ ਜੂਗੀ ਨਾ ਬਾਈ, 30 ਰੁਪਏ ਦੀ ਕਹਿ ਰਹੇ ਭਾਈ, ਜਦੋਂ ਮਰਜ਼ੀ ਭੇਜ ਦਿਓ, ਇਹ ਹੈਗੀ ਜੀ ਕਾਰੀਗਰ ਹੈਗਾ ਜੀ ਸ਼ਾਮ ਲਾਲ, ਸ਼ਾਮ ਲਾਲ ਦੀ, ਸ਼ਾਮ ਲਾਲ ਕਾਰੀਗਰ, ਠੀਕ ਹੈ ਜੀ, ਇਹਦਾ ਰੇਟ ਹੈਗਾ ਇਸ ਵੇਲੇ 50 ਰੁਪਏ, 50 ਰੁਪਏ, ਹਾਂਜੀ ਮਿਲ ਜੂਗੀ ਨਾ 50 ਰੁਪਏ ਬਾਈ ਕਹਿ ਰਹੇ ਭਾਈ, ਤੇ ਤੁਹਾਨੂੰ ਕਹਿ ਰਹੇ ਸ਼ਾਮ ਲਾਲ ਕਾਰੀਗਰ ਦੀ, ਕਾਰੀਗਰ ਦੀ, ਹਾਂ ਕਾਰੀਗਰ ਨਾਲ ਹੈ, ਇਹ ਵੀ ਪਤੰਗ ਛੋਟੀ, ਇਹਨੂੰ ਆਪਾਂ 3 ਪੈਸੇ ਗਿਣਿਆ ਜਾਂਦਾ ਭਾਈ, ਬਹੁਤ ਪਿਆਰੀ ਪਤੰਗ ਹੈ ਬਾਈ, ਹਾਂਜੀ ਇਹਨੂੰ ਜਿਹੜਾ ਇਨਸਾਨ ਨੇ ਬਣਾਈ ਨਾ ਉਹਦਾ ਨਾਂ ਹੈ ਸੋਨੂ ਅਬਦੁੱਲਾ, ਸੋਨੂ ਅਬਦੁੱਲਾ, ਹਾਂ ਉਹ ਵਿਚਾਰਾ ਹੈਂਡੀਕੈਪ ਹੈ ਲੇਕਿਨ ਉਹਦੇ ਹੱਥ 'ਚ ਕਾਰਾਗਰੀ ਬੋਲ ਹੈ, ਸਹੀ ਗੱਲ ਹੈ ਬਾਈ, ਕਲਾ ਕੀ ਕਰਦੇ, ਬਹੁਤ ਪਿਆਰੀ ਪਤੰਗ ਬਾਈ, ਹਾਂਜੀ ਐਡੀ ਪਤੰਗ ਨਿੱਕੀ ਜੀ ਕੋਈ ਬਣਾ ਕੇ ਨਹੀਂ ਰਾਜੀ ਗੱਲ, ਉਹ ਸਾਡੇ ਵਾ ਦੁਕਾਨਦਾਰੀ ਵਾਸਤੇ ਬਣਾਉਂਦਾ, ਬਹੁਤ ਸੋਹਣੀ ਪਤੰਗ ਹੈ ਬਾਈ, ਭਾਈ ਐਡਰੈਸ ਬੋਲੋਗੇ ਆਪਣਾ, ਕਿਸੇ ਨੇ ਆਉਣਾ ਹੋਏ ਵਿਜ਼ਿਟ ਕਰਨਾ ਹੈ ਦੁਕਾਨ 'ਤੇ, ਭਾਈ ਲਾਹੌਰੀ ਗੇਟ ਬਾਰ ਬਾਰ ਬਲਾਰੀਆ ਪੈਟਰੋਲ ਪੰਪ ਨਜ਼ਦੀਕ ਸਰਾਂ ਸੰਤਰਾ ਮੁਕੇਸ਼ ਕਾਇਸ਼ ਸਟੋਰ, ਫੋਨ ਨੰਬਰ ਕੀ ਹੋਊਗਾ ਭਾਈ, 88 42 14 42, ਜੇ ਕਿਸੇ ਨੇ ਕੋੜੀਆ ਕਰਾਉਣਾ ਹੋਵੇ ਕੋੜੀਆ ਵੀ ਕਰ ਦਿਓ ਗੁੱਡੀਆਂ ਭਾਈ, ਜਿੱਦਾਂ ਅੱਗੇ ਤੋਂ ਸਭ ਕੁਝ ਹੋਏਗਾ ਭਾਈ, ਬਣਾ ਕੇ ਦਿਖਾਓ ਗੁੱਡੀ ਕੋਈ ਕਦੀ, ਹੈ ਕਿਹੜੇ ਸਾਈਜ਼ ਗੁੱਡੀ ਦਿਆ ਕਰਾਂਗੇ ਭਾਈ, ਭਾਜੀ 2.5 ਦੀ, ਇਹ 2.5 ਵਾਲਾ ਹੈਗਾ ਜੀ, ਇਹਨੂੰ ਕਹਿੰਦੇ ਵਾਈਡ ਗੁੱਡੀ, ਕਹਿ ਕੇ ਨਹੀਂ ਪਊਗੀ ਭਾਈ ਤਿਆਰ ਕਰਕੇ, ਇਹ ਭਾਜੀ ਸਾਡੇ ਹੋਲਸੇਲ ਦੇ ਵਿੱਚ 22.5 ਰੁਪਏ ਦਰਜਨ, 22.5 ਰੁਪਏ ਦਰਜਨ, ਹਾਂ ਉਹਨਾਂ ਚਿਰ 22.5 ਰੁਪਏ ਦਰਜਨ ਹੈ ਜਿੰਨਾ ਚਿਰ ਮਟੀਰੀਅਲ ਟਿਕਿਆ, ਜੇ ਮਟੀਰੀਅਲ ਮਹਿੰਗਾ ਹੋਏ ਫਿਰ ਗੁੱਡੀ ਮਹਿੰਗੀ, ਕਹਿੰਦਾ ਭਾਈ 2 ਰੁਪਏ ਦੇਣਾ ਭਾਈ ਪੂਰੀ ਗੁੱਡੀ, ਹਾਂ ਆ ਲਓ ਗੁੱਡੀ ਬਿਲਕੁਲ ਆਈ, ਆ ਦੇਖੋ ਪੂਰੀ ਗੋਲ, ਕੋਈ ਵਿੰਗੀ ਟੇਢੀ ਨੀ, ਦੂਰੋਂ ਦੂਰੋਂ ਸਾਨੂੰ ਲੁਧਿਆਣੇ ਹੋ ਗਈ ਜਲੰਧਰ ਗਈ ਗੁੱਡੀ, ਇਹ ਗੁੱਡੀ ਦੀ ਇੰਨੀ ਡਿਮਾਂਡ ਹੈ ਨਾ ਬੱਚੇ ਖੁਸ਼ ਹੋ ਕੇ ਲੈਂਦੇ, ਕਿਉਂਕਿ 10 ਰੁਪਏ ਹੁੰਦੇ ਬੱਚੇ ਕੋਲ, ਹਾਂਜੀ ਹਾਂਜੀ, ਅਗਲਾ ਉਹ 3 ਕੁਝ ਦਿੰਦਾ ਕੋਈ 4 ਦੇ ਦਿੰਦਾ, ਸਹੀ ਗੱਲ ਹੈ ਬਾਈ, ਅਸੀਂ ਰਿਮ ਹੀ ਦੇਣਾ, ਤੁਸੀਂ ਰਿਮ ਹੀ ਦੇਣਾ, ਅਸੀਂ ਰਿਮ ਦੇ, ਬੱਚੇ ਲੈਣਾ ਹੈ ਬੱਚਿਆਂ ਨੂੰ ਭਾਜੀ, ਉਦਾਂ ਹੀ 2 ਪੀਸ ਵੀ ਦੇ ਦਿਓ, ਹਾਂ ਉਦਾਂ ਦੇ ਦੀ ਦੀਆਂ ਬੱਚਿਆਂ ਨੂੰ, ਜੇ ਦੁਕਾਨਦਾਰ ਆਵੇ 100 ਪੀਸ ਮੰਗਣ ਉਹਨੂੰ ਵੀ 100 ਪੀਸ ਦੇ ਦਿੰਦਾ 2 ਰੁਪਏ ਹਿਸਾਬ ਨਾਲ, ਭਾਈ ਮਿੰਟੋ ਮਿੰਟ ਗੁੱਡੀਆਂ ਦਿਆ ਕਰੀ ਜਾ ਰਹੇ, ਹਾਂਜੀ ਅੱਜ ਕੱਲ੍ਹ ਤੇ ਭਾਜੀ ਤੁਹਾਨੂੰ ਪਤਾ ਇਹ ਸ਼ੌਂਕ ਹੋ ਗਿਆ ਬਹੁਤ ਜ਼ਿਆਦਾ, ਸਹੀ ਗੱਲ ਹੈ ਬਾਈ, ਇਹ 12 ਮਹੀਨੇ ਦਾ ਸ਼ੌਂਕ ਹੈ, ਲੋਹੜੀ ਨਾਲ ਕੋਈ ਇੰਟਰਸਟ ਨਹੀਂ ਹੈਗਾ ਇਹਨੂੰ, ਸਹੀ ਗੱਲ ਹੈ ਬਾਈ, ਇੱਥੇ ਸਿਰ ਅੰਮ੍ਰਿਤਸਰ ਦੇ ਵਿੱਚ ਹਵਾ ਵਹਿੰਦੇ ਨੇ, ਹਵਾ ਚੱਲਣੀ ਚਾਹੀਦੀ ਹੈ, ਹਵਾ ਚੱਲਣੀ ਚਾਹੀਦੀ, ਕੁੜੀ ਨਾਲ ਸਾਥ ਕਰਨਾ, ਬਾਹਰ ਗਰਮੀ ਹੈ ਸਰਦੀ ਹੈ ਪ੍ਰਵਾਹ ਨਹੀਂ, ਹਾਂਜੀ ਹਾਂਜੀ ਹਾਂਜੀ, ਲਾਈ ਇੱਥੇ ਲੱਖਾਂ ਰੁਪਈਆਂ ਦਾ ਵਪਾਰ ਹੈਗਾ, ਸਹੀ ਗੱਲ ਹੈ ਜੀ, ਗੁੱਡੀ ਡੋਰ ਦਾ ਪਤੰਗ ਇੰਨੀ ਮਹਿੰਗੀ ਤੋਂ ਮਹਿੰਗੀ ਆ, ਦੇਖ ਲਓ ਜਾ ਕੇ ਇੰਨੀਆਂ ਗਰਾਉਂਡਾਂ ਵਾ, 1800 1800 1500 1500 ਚਰਖੀ ਲੈ ਕੇ ਅਗਲੇ 70 ਵਾਰੀ ਪਤੰਗ ਮਗਰ ਅੱਗੇ ਬੰਦੇ, ਸਹੀ ਗੱਲ ਹੈ ਬਾਈ, ਇਸ ਤਰ੍ਹਾਂ ਦੇ ਸ਼ੌਂਕ, ਸਹੀ ਗੱਲ ਹੈ, ਸੋਮਾ ਬਾਈ ਕੋਈ ਮੁੱਲ ਨਹੀਂ ਹੁੰਦਾ, ਕੋਈ ਦਾਰੂ ਪੀਣ ਬਹਿ ਜਾਵੇ ਉਹ ਮੱਛੀ ਖਾਣ ਲੱਗ ਪਏ ਤਾਂ 1000 ਦਾ ਖਰਚਾ ਹੁੰਦਾ, ਹਾਂਜੀ ਹਾਂਜੀ, ਇੱਕ ਟਾਈਮ ਦਾ ਸੋਮਾ ਬਾਈ ਕੋਈ ਮੁੱਲ ਨਹੀਂ, ਕੋਈ ਮੁੱਲ ਨਹੀਂ, ਸਸੀਆ ਬਾਈ।